ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਜੋ ਅੱਜ ਦਾ ਥਰਡ ਵਾਲਾ ਇਸ਼ੂ ਸੀ ਉਹ ਇਹ ਸੀ ਕਿ ਜੋ ਜੰਮੂ ਕਸ਼ਮੀਰ ਵਿੱਚ ਹੋਇਆ ਉਹ ਹੋਰ ਸੂਬਿਆਂ ਵਿੱਚ ਵੀ ਹੋ ਸਕਦਾ ਹੈ। ਇਸ ਬਾਰੇ ਜੋ ਬਹੁਤ ਹੀ ਵੱਡੇ ਇਤਿਹਾਸਕਾਰ ਰਾਮਚੰਦਰ ਗੁਹਾ ਜੀ ਨੇ ਆਪਣੇ ਜੋ ਟਿੱਪਣੀ ਦਿੱਤੀ। ਸੋ ਹੁਣ ਆਪਾਂ ਜੋ ਅੱਜ ਦਾ ਫੋਰਥ ਵਾਲਾ ਇਸ਼ੂ ਹੈ ਉਸ ਉੱਪਰ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ, ਪਰ ਹਮੇਸ਼ਾ ਤਰ੍ਹਾਂ ਅਸੀਂ ਅੱਜ ਦਾ ਵਿਚਾਰ ਜਾਂ ਗੁਰਬਾਣੀ ਵਿਚਾਰ ਹੀ ਡਿਸਕਸ ਕਰਦੇ ਹਾਂ। ਪਰ ਜੋ ਜਦੋਂ ਦੀ ਧਾਰਾ 370 ਜੋ ਉਸਨੂੰ ਹਟਾਇਆ ਗਿਆ ਹੈ, ਉਸਨੂੰ ਖਤਮ ਕੀਤਾ ਗਿਆ ਹੈ, ਉਸ ਉੱਪਰ ਹੀ ਸਭ ਇਸ਼ੂ ਚੱਲ ਰਹੇ ਹਨ। ਸੋ ਇਸ ਉੱਪਰ ਆਪਣਾ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡਾ ਇਹ ਸੈਗਮੈਂਟ ਆਮ ਤੌਰ 'ਤੇ ਨਗਟਸ ਆਫ ਸਪਿਰਿਚੁਅਲ ਵਿਜ਼ਡਮ ਦੇ ਥੱਲੇ ਹੁੰਦਾ ਕਿ ਰੂਹਾਨੀ ਸਿਆਣਪ ਦੀਆਂ ਸੋਨ ਡਾਲੀਆਂ। ਬਿਲਕੁਲ। ਪਰ ਕਸ਼ਮੀਰ ਦੀ ਟ੍ਰੈਜਡੀ, ਉਹਨਾਂ ਦੀ ਤਕਲੀਫ, ਉੱਥੇ ਹੋ ਰਹੇ ਜ਼ੁਲਮ ਔਰ ਉਹਨਾਂ ਦੇ ਮੁਸਤਕਬਿਲ ਨੂੰ ਜਿਵੇਂ ਹਨੇਰੀ ਗੁਫਾ ਦੇ ਵਿੱਚ ਧੱਕ ਦਿੱਤਾ ਗਿਆ, ਮੈਂ ਪਿਛਲੇ ਇਹਨਾਂ 3-4 ਦਿਨਾਂ ਤੋਂ ਹੀ ਜਿਹੜਾ ਬੇਚੈਨ ਵੀ ਹਾਂ, ਬੇਆਰਾਮ ਵੀ ਹਾਂ। ਔਰ ਬੇਸ਼ੱਕ ਰੂਹਾਨੀਅਤ ਇੱਕ ਕੁਸ਼ਨ ਹੁੰਦਾ ਜਿਸ ਦੇ ਉੱਤੇ ਤੁਸੀਂ ਆਪਣੀਆਂ ਚਿੰਤਾਵਾਂ, ਫਿਕਰ, ਆਪਣੇ ਟੈਨਸ਼ਨ ਦਬਾਅ ਰੱਖ ਕੇ ਔਰ ਬੇਫਿਕਰ ਹੁੰਦੇ ਹੋ, ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਵੀ ਜਿਹੜੀ ਮਨ ਦੇ ਵਿੱਚ ਬੇਚੈਨੀ ਹੈ ਜਾਂ ਕੁਛ ਕਹਿਣ ਕੁਛ ਕਰਨ ਦੀ ਭਾਵਨਾ ਹੈ, ਇਹ ਵੀ ਉਸ ਰੂਹਾਨੀਅਤ 'ਚੋਂ ਹੀ ਨਿਕਲਦੀ ਹੈ। ਕਿਉਂਕਿ ਜਦੋਂ ਤੁਸੀਂ ਜੇ ਬਾਬਾ ਨਾਨਕ ਜਿਹੜੇ ਸਾਡੇ ਪੈਗੰਬਰ ਨੇ ਔਰ ਜਿਨ੍ਹਾਂ ਦੇ ਉੱਤੇ ਸਾਡਾ ਸਾਰਾ ਇਮਾਨ ਵਿਸ਼ਵਾਸ ਟਿੱਕਿਆ, ਜੇ ਗੁਰੂ ਨਾਨਕ ਸਾਹਿਬ ਉਹਨਾਂ ਤੋਂ ਵੱਡਾ ਜਾਂ ਵੱਧ ਕੇ ਤਾਂ ਕੋਈ ਰੂਹਾਨੀਅਤ ਦਾ ਲੰਬਰਦਾਰ ਉਸ ਜ਼ਮਾਨੇ ਦੇ ਵਿੱਚ ਨਹੀਂ ਸੀ, ਜਿਹੜੇ ਹਮੇਸ਼ਾ ਨਾਮ ਦੇ ਵਿੱਚ ਗੁਣਵੰਦ ਔਰ ਜਦੋਂ ਵੀ ਉਹਨਾਂ ਦੇ ਸਾਥੀ ਭਾਈ ਮਰਦਾਨਾ, ਉਹਨਾਂ ਦੇ ਸਿੱਖ ਜਿਹੜੇ ਨੇ ਹਰ ਥਾਂ ਉਹਨਾਂ ਦੇ ਨਾਲ ਨੇ, ਔਰ ਉਹਨਾਂ ਦਾ ਇਹੀ ਕਿ ਮਰਦਾਨਿਆ ਰਬਾਬ ਵਜਾਏ ਕਾਈ ਗੱਲ ਰੱਬ ਦੀ ਸਿਫਤ ਸਲਾਹ ਦੀ ਕਰੀਏ, ਇਹ ਬਾਣੀ ਆਈ ਹੈ। ਸੋ ਮਰਦਾਨੇ ਭਾਈ ਮਰਦਾਨੇ ਦੀ ਰਬਾਬ ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ, ਚੱਤੇ ਪੈਰ ਜਿੱਥੇ ਨਿਰੰਕਾਰ ਦੀ ਸਿਫਤ ਸਲਾਹ ਔਰ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ ਦਾ ਰਾਗ ਸੀ, ਹੁਣ ਉਹ ਕਿਹੜੇ ਪਲ ਹੋਣਗੇ, ਕਿਹੜੀਆਂ ਉਹ ਦੁਖਦਾਈ। ਔਰ ਜਦੋਂ ਕਿ ਬਾਬਰ ਦੀ ਫੌਜ ਏਮਨਾਬਾਦ, ਜਿਹਦਾ ਪੁਰਾਣਾ ਨਾਂ ਸੈਦਪੁਰ ਸੀ, ਉਸ ਦੇ ਉੱਤੇ ਹਮਲਾਵਰ ਹੁੰਦੀ ਹੈ, ਚਾਰ ਚੁਫੇਰੇ ਜ਼ੁਲਮ ਹੋ ਰਹੇ ਨੇ, ਉਹਨੇ ਕੋਈ ਹਿੰਦੂਆਂ ਦਾ ਰਾਜ ਨਹੀਂ ਸੀ ਉਦੋਂ, ਪਠਾਣਾ ਦਾ ਰਾਜ ਸੀ, ਸੁਲਤਾਨ ਜਿਹੜਾ ਲੋਧੀ ਜਿਹੜੇ ਨੇ ਲੋਧੀ ਸੁਲਤਾਨ ਸੀ ਇਬਰਾਹਿਮ ਲੋਧੀ, ਔਰ ਜਿਹੜੇ ਉਸ ਦੇ ਜ਼ੁਲਮਾਂ ਦਾ ਵੀ ਸ਼ਿਕਾਰ ਸੀ। ਜ਼ਾਹਰ ਹੈ ਕਿ ਜਿਹੜਾ ਦੁਸ਼ਮਣ ਹੁੰਦਾ ਉਸ ਨਾਲ ਸੰਬੰਧਿਤ ਜੋ ਵੀ ਉਹਨਾਂ ਦੀਆਂ ਔਰਤਾਂ, ਉਹਨਾਂ ਦਾ ਮਾਲ, ਉਹੀ ਮਾਲੇ ਗਲੀਮਤ ਦੇ ਥੱਲੇ ਸਫ਼ਰ ਹੋ ਰਹੇ ਸੀ, ਨਾਲ ਦੀ ਨਾਲ ਆਮ ਲੋਕ ਵੀ ਸਫ਼ਰ ਕਰ ਰਹੇ ਸੀ। ਪਰ ਗੁਰੂ ਨਾਨਕ ਸਾਹਿਬ ਉਸ ਸ਼ਹਿਰ ਦੇ ਵਿੱਚ ਆ ਕੇ ਉਹਨਾਂ ਲੋਕਾਂ ਦੇ ਨਾਲ ਖਲੋ ਜਾਂਦੇ ਨੇ, ਔਰ ਜਿਹਦੇ 'ਚ ਉਹਨਾਂ ਨੂੰ ਚਾਰ ਚੁਫੇਰੇ ਜਿੱਥੇ ਮਾਸ ਦੀ ਦੁਰਗੰਧ ਹੈ, ਗੁਰੂ ਸਾਹਿਬ ਆਪਣੀ ਬਾਣੀ ਉਹਨਾਂ ਦਾ ਕਲਾਮ ਜਿਹੜਾ ਅਸੀਂ ਪੜ੍ਹਦੇ ਹਾਂ ਕਿ ਸਾਹਿਬ ਕੇ ਗੁਣ ਗਾਵੀਏ ਨਾਨਕ, ਮਾਸਪੁਰੀ ਵਿੱਚ ਆਖ ਮਸੋਲਾ, ਕਾਇਆ ਕੱਪੜ ਟੁੱਕ ਟੁੱਕ ਹੋ ਸੀ, ਹਿੰਦੁਸਤਾਨ ਸੰਭਾਲ ਸੀ ਬੋਲਾ। ਹੁਣ ਜ਼ਾਹਰ ਹੈ ਕਿ ਵੀ ਇਹ ਜਿਹੜਾ ਮਾਸਪੁਰੀ ਕਹਿਣਾ ਕਿ ਵੀ ਇਸ ਸਾਰੇ ਖਿੱਤੇ ਜਿੱਥੇ ਕਿ ਆਦਮ ਬੋ ਹੋ ਰਹੀ ਹੈ, ਔਰ ਇਸ ਦੇ ਵਿੱਚ ਮੈਂ ਖਲੋ ਕੇ ਇਹ ਆਪਣਾ ਮਸਲਾ ਕਹਿ ਰਿਹਾ, ਔਰ ਹੋ ਕੀ ਰਿਹਾ ਕਿ ਮੁਸਲਮਾਨੀਆਂ ਪੜ੍ਹੇ ਕਿਤੇਬਾਂ, ਕਸ਼ਟ ਮੇ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਪੀ ਲੇਖੇ ਲਾਏ ਵੇ ਲਾਲੋ, ਕਿ ਮੁਸਲਮਾਨ ਔਰਤਾਂ ਜਿਹੜੀਆਂ ਕਿ ਹਮਲਾਵਰ ਫੌਜਾਂ ਦੇ ਜ਼ੁਲਮ ਦਾ ਸ਼ਿਕਾਰ ਨੇ, ਇਸ ਵੇਲੇ ਕਸ਼ਟ ਵਿੱਚ ਨੇ, ਉਹ ਕਿਤੇਬ ਕੁਰਾਨ ਮਜ਼ੀਦ ਪੜ੍ਹ ਰਹੀਆਂ ਨੇ,
ਔਰ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖੇ ਲਾਏ ਵੇ ਲਾ ਲਓ ਕਿ ਉੱਚੀ ਜਾਤ ਦੀਆਂ ਔਰਤਾਂ ਨੀਵੀਂ ਜਾਤ ਦੀਆਂ ਜਾਤ ਸਨਾਤੀ ਨੀਵੀਂ ਸਭ ਔਰਤਾਂ ਸਫ਼ਰ ਕਰ ਰਹੀਆਂ ਨੇ ਉਹਨਾਂ ਨੂੰ ਜਿਹੜਾ ਜਿਨ੍ਹਾਂ ਦੇ ਕੋਲ ਕਿਵੇਂ ਐਸ਼ੋ ਇਸ਼ਰਤ ਦੇ ਸਮਾਨ ਸਨ ਜਿਹੜੀਆਂ ਜਦੋਂ ਵਿਆਹੀਆਂ ਆਈਆਂ ਸੀ ਕਿਵੇਂ ਉਹਨਾਂ ਦੇ ਸ਼ਗਨ ਕੀਤੇ ਗਏ ਸੀ ਕਿਵੇਂ ਉਹਨਾਂ ਨੇ ਜਿਹੜਾ ਉਹ ਮਾਨਣ ਸੀ ਜਿਹੜੀਆਂ ਉਸ ਕਿਸਮ ਦਾ ਉਹਨਾਂ ਦਾ ਜੀਵਨ ਸੀ ਅੱਜ ਇਹ ਆਦੇਸ਼ ਬਾਬਾ ਆਦੇਸ਼ ਅੱਜ ਇਹ ਹੋ ਰਿਹਾ ਕਿ ਬਈ ਉਹਨਾਂ ਦੇ ਵਿੱਚ ਸੇ ਗਲ ਕਾਤੀ ਮੁੰਨੀਅਨ ਗਲ ਵਿੱਚ ਆਵੇ ਧੂੜ ਧਨ ਜੋਬਨ ਦੋਏ ਵੈਰੀ ਹੋਏ ਜਿਨੀ ਰੱਖੇ ਰੰਗ ਲਾਇਆ ਕਿ ਅੱਜ ਧਨ ਜਿਹਦੇ ਕੋਲ ਧਨ ਸੀ ਅਤੇ ਜਿਹਦੇ ਕੋਲ ਜੋਬਨ ਸੀ ਖੂਬਸੂਰਤੀ ਸੀ ਜਿਹੜੀ ਉਹਨਾਂ ਦੀ ਸਟਰੈਂਥ ਸੀ ਉਹੀ ਅੱਜ ਉਹਨਾਂ ਦੀ ਵੈਰੀ ਬਣ ਗਈ ਹੈ ਔਰ ਇਸ ਸਾਰੇ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਖੂਨ ਕੇ ਸੋਏ ਲਏ ਗਾਵੀਏ ਨਾਨਕ ਰਥ ਕਾ ਕੁੰਗੂ ਪਾਏ ਵੇ ਲਾ ਲਓ ਕਿ ਮੈਂ ਇਸ ਸ਼ਹਿਰ 'ਚ ਖਲੋ ਕੇ ਖੂਨ ਦੇ ਗੀਤ ਗਾ ਰਿਹਾ ਔਰ ਉਸ ਦੇ ਉੱਤੇ ਕੇਸਰ ਨਹੀਂ ਇਹ ਕੋਈ ਵਿਆਹ ਦੇ ਗੀਤ ਨਹੀਂ ਨੇ ਇਹ ਸੋਇਲ ਹੈ ਪਰ ਇਸ ਦੇ ਉੱਤੇ ਖੂਨ ਦਾ ਜਿਹੜੇ ਨੇ ਉਹ ਛਿੜਕਾ ਹੈ ਔਰ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਫਰਮਾਈ ਕਿ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬਿਲ ਪਰ ਇਸ ਤੋਂ ਪਹਿਲੀ ਲਾਈਨ ਹੋਰ ਵੀ ਅਹਿਮੀਅਤ ਵਾਲੀ ਹੈ ਹਾਲਾਂ ਜਿਹਦੇ ਇੰਟਰਪ੍ਰੀਟੇਸ਼ਨ ਸਿੱਖ ਹਿਸਟੋਰੀਅਨ ਡਿਫਰੈਂਟਲੀ ਕਰਦੇ ਨੇ ਪਰ ਜਿਵੇਂ ਮੈਨੂੰ ਸਮਝ ਆਈ ਕਿ ਆਣ 78 ਹੈ ਜਾਣ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬਿਲ ਬੇਸ਼ੱਕ ਉਹ ਸਾਰੀ ਜ਼ੁਲਮਾਂ ਦੀ ਦਾਸਤਾਨ ਹੈ ਕਿ ਕਿਵੇਂ ਜਿਹੜੀਆਂ ਨੇ ਔਰਤਾਂ ਸਫ਼ਰ ਕਰ ਰਹੀਆਂ ਨੇ ਲੋਕਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੈ ਕਾਇਆ ਕੱਪੜ ਟੁੱਕ ਟੁੱਕ ਹੋ ਸੀ ਹਿੰਦੁਸਤਾਨ ਸਮਾਜ ਕਿਵੇਂ ਜਿਹੜੇ ਸਰੀਰ ਨੇ ਉਹ ਇਵੇਂ ਹੈ ਜਿਵੇਂ ਮਾਨੋ ਟੁਕੜੇ ਕਰ ਕਰਕੇ ਚਾਰ ਚੁਫੇਰੇ ਜਿਹੜੇ ਨੇ ਉਹ ਫੈਲੇ ਹੋਏ ਨੇ ਸੁੱਟੇ ਹੋਏ ਨੇ ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਮ ਰਹਿਣ ਵਿਹਾਏ ਕਿ ਜਿਨ੍ਹਾਂ ਦੇ ਸੋਹਣੇ ਘਰੀ ਨਹੀਂ ਪਰਤੇ ਉਹਨਾਂ ਦੀਆਂ ਰਾਤਾਂ ਕਿਵੇਂ ਗੁਜ਼ਰੀਆਂ ਹੋਣਗੀਆਂ ਪਰ ਅਖੀਰ 'ਚ ਇਸ 'ਚ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਜਿਹੜੇ ਜ਼ੁਲਮ ਕਰਨ ਵਾਲੇ ਰਾਜੇ ਰਾਣੇ ਹੁੰਦੇ ਨੇ ਆਣ 78 ਹੈ ਜਾਣ 97 ਇਹ ਚਾਰ ਦਿਨਾਂ ਦੇ ਹੀ ਪ੍ਰਾਹੁਣੇ ਹੁੰਦੇ ਨੇ ਕਿਉਂਕਿ ਹੋਰ ਵੀ ਉੱਠ ਸੀ ਮਰਦ ਕਾ ਚੇਲਾ ਫਿਰ ਕੋਈ ਰੱਬ ਦਾ ਭਰੋਸਾ ਆਇਆ ਹੋਇਆ ਕੋਈ ਇਨਸਾਨ ਉੱਠਦਾ ਉਹਨਾਂ ਨੂੰ ਚੈਲੇਂਜ ਕਰਦਾ ਉਹਨਾਂ ਦੇ ਜ਼ੁਲਮ ਦਾ ਅੰਤ ਕਰਦਾ ਅਤੇ ਗੁਰੂ ਸਾਹਿਬ ਕਹਿੰਦੇ ਨੇ ਮੈਂ ਸੱਚੀ ਗੱਲ ਕਹਿ ਰਿਹਾ ਅਤੇ ਉਦੋਂ ਕਹਿ ਰਿਹਾ ਜਦੋਂ ਸੱਚ ਕਹਿਣ ਦਾ ਵਿਹੜਾ ਸੋ ਮੈਂ ਸਮਝਦਾ ਵੀ ਅੱਜ ਸਾਡੇ ਕਸ਼ਮੀਰੀ ਭੈਣ ਭਰਾ ਜਿਸ ਜ਼ੁਲਮ ਦਾ ਸ਼ਿਕਾਰ ਨੇ 12 ਮਿਲੀਅਨ ਤੋਂ ਜ਼ਿਆਦਾ ਲੋਕ ਜਿਸ ਅੱਗ ਦੇ ਵਿੱਚ ਸੁੱਟੇ ਗਏ ਨੇ ਸਾਡਾ ਫਰਜ਼ ਬਣਦਾ ਉਹ ਸਾਰੇ ਸਾਊਥ ਏਸ਼ੀਆ ਦੇ ਖਿੱਤੇ 'ਚ ਵੱਸਦੇ ਹਰ ਇਨਸਾਫ ਪਸੰਦ ਇਨਸਾਨ ਦਾ ਜਿਹੜੇ ਉਸ ਓਰੀਜਨ ਨਾਲ ਨੇ ਹਾਲਾਂ ਇਹ ਅਪੀਲ ਤਾਂ ਮੈਂ ਕੁੱਲ ਮਨੁੱਖਤਾ ਨੂੰ ਹੀ ਜਾਂ ਕੁੱਲ ਇਨਸਾਨੀਅਤ ਦੇ ਨਾਂ ਹੈ ਪਰ ਨਾ ਤਾਂ ਕੋਈ ਹੋਰ ਦਾ ਇਹ ਫਿਕਰ ਹੈ ਕੰਸਰਨ ਹੈ ਕਿਉਂਕਿ ਚਾਰ ਚੁਫੇਰੇ ਜਦੋਂ ਮੌਤ ਦਾ ਨਾਚ ਹੋ ਰਿਹਾ ਹੋਏ ਜਦੋਂ ਅਸੀਂ ਈਵਨ ਅਮਰੀਕਾ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਵੀਕੈਂਡ ਦੇ ਉੱਤੇ ਅਸੀਂ ਦੇਖਿਆ ਕਿ ਕਿਵੇਂ ਓਹਾਇਓ ਦੇ ਵਿੱਚ ਹੋਏ ਟੈਕਸਾਸ ਦੇ ਵਿੱਚ ਹੋਏ ਪਾਗਲਪਨ ਦੀ ਇੰਤਹਾ ਸੀ ਸ਼ੂਟਰ ਨੇ 30 ਤੋਂ ਜ਼ਿਆਦਾ ਬੰਦਿਆਂ ਨੂੰ ਐਲਪਾਸੋ ਦੇ ਵਿੱਚ ਵਾਲਮਾਰਟ 'ਚ ਵੜ ਕੇ ਮਾਰਿਆ ਸੈਂਕੜਿਆਂ ਜ਼ਖਮੀ ਨੇ ਔਰ ਅੱਜ ਹੀ ਇੱਕ ਮੈਂ ਖਬਰ ਦੇਖ ਰਿਹਾ ਸੀ ਇੱਕ ਦਾਦੀ ਨੇ ਆਪਣੇ ਪੋਤੇ ਨਾਲ ਜਦੋਂ ਫੋਨ 'ਤੇ ਗੱਲ ਕੀਤੀ ਉਹਨੇ ਕਿਹਾ ਜੀ ਮੈਂ ਹੋਟਲ ਦੇ ਕਮਰੇ 'ਚ ਹੈ ਉਹਨੂੰ ਨਜ਼ਰ ਆਇਆ ਵੀ ਕਿ 47 ਦੇ ਨਾਲ ਇਹ ਖੇਡ ਰਿਹਾ ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਮੈਂ ਹੁਣ ਹੋਮੀਸਾਈਡ ਕਰਨ ਜਾ ਰਿਹਾ ਆਪਣਾ ਉਹਨੇ ਪੁਲਿਸ ਨੂੰ ਇਨਫੋਰਮ ਕੀਤਾ ਉਹਨੂੰ ਬੱਚੇ ਨੂੰ ਉਹਨੇ ਕਿਹਾ ਵੀ ਤੂੰ ਆ ਜਾ ਮੈਂਟਲੀ ਤੇਰੀ ਕੰਡੀਸ਼ਨ ਠੀਕ ਨਹੀਂ ਹੈ ਔਰ ਉਸ ਹੋਟਲ 'ਚੋਂ ਫਿਰ AK-47 ਕਿੰਨੀਆਂ ਮੈਗਜ਼ੀਨਸ ਕਾਲੀ ਜੈਕਟ ਕਾਲਾ ਉਹ ਸਾਰਾ
ਜਿਹੜਾ ਉਹਨੇ ਆਪਣੀ ਦਾਦੀ ਨੂੰ ਕਿਹਾ ਕਿ ਮੈਂ ਹੋਟਲ 'ਚ ਹੀ ਲੋਕ ਸਾਰੇ ਮਾਰ ਦੇਣੇ ਨੇ, ਔਰ ਉਹਨੂੰ ਹੀਰੋ ਮੰਨਿਆ ਜਾ ਰਿਹਾ ਗ੍ਰੈਂਡ ਮਾਂ ਨੂੰ ਕਿ ਵੀ ਉਹਨੇ ਕਿੰਨਿਆਂ ਦੀ ਜਾਨ ਬਚਾਈ। ਸੋ ਮੈਂ ਸਮਝਦਾ ਵੀ ਇੱਕ ਪਾਸੇ ਹਰ ਥਾਂ 'ਤੇ ਆਪਣੀ ਕਿਸਮ ਦਾ ਪਾਗਲਪਨ ਔਰ ਇੱਕ ਵਾਇਲੈਂਸ ਜਿਹੜੀ ਹੈ ਉਹਨੇ ਘੇਰਿਆ ਹੋਇਆ, ਪਰ ਕਿਉਂਕਿ ਇਹ ਜਿਹੜੀ ਜਦੋਂ ਕੋਈ ਸਟੇਟ ਇਸ ਗੱਲ ਦੇ ਉੱਤੇ ਉਤਾਰੂ ਹੁੰਦੀ ਹੈ ਕਿ ਲੋਕਾਂ ਦੇ ਮੁੱਢਲੇ ਹੱਕ ਖੋਹਣੇ ਨੇ, ਲੋਕਾਂ 'ਤੇ ਜ਼ੁਲਮ ਕਰਨੇ ਨੇ, ਔਰ ਅੱਜ ਇੰਡੀਅਨ ਸਟੇਟ ਜਿਹੜੀ ਨਾਜ਼ੀ ਤਰਜ ਦੀ ਸਟੇਟ ਹੈ, ਜਿਵੇਂ ਨਾਜ਼ੀਆਂ ਨੇ ਅੱਡ ਔਰ ਉਹਦੇ ਬਾਰੇ ਅਕਸਰ ਉਸ ਪ੍ਰੀਸ ਦੀ ਗੱਲ ਦੁਹਰਾਈ ਜਾਂਦੀ ਹੈ ਕਿ ਜੀ ਦੇ ਕੇਮ ਆਫਟਰ ਏ ਕੈਥੋਲਿਕ, ਆਈ ਵਾਜ਼ ਸਾਇਲੈਂਟ, ਆਈ ਵਾਜ਼ ਨਾਟ ਏ ਕੈਥੋਲਿਕ, ਦੇ ਕੇਮ ਆਫਟਰ ਏ ਕਮਿਊਨਿਸਟ, ਆਈ ਵਾਜ਼ ਸਾਇਲੈਂਟ ਐਜ਼ ਆਈ ਵਾਜ਼ ਨਾਟ ਏ ਕਮਿਊਨਿਸਟ, ਦੇ ਕੇਮ ਆਫਟਰ ਏ ਸਿਵਲ ਲਿਬਰਟੇਰੀਅਨ, ਆਈ ਵਾਜ਼ ਸਾਇਲੈਂਟ, ਆਈ ਵਾਜ਼ ਨਾਟ ਦਾ ਵਨ, ਦੇ ਕੇਮ ਆਫਟਰ ਏ ਜੂ, ਆਈ ਵਾਜ਼ ਸਾਇਲੈਂਟ ਐਜ਼ ਆਈ ਵਾਜ਼ ਨਾਟ ਏ ਜੂ, ਦੈਨ ਦੇ ਕੇਮ ਆਫਟਰ ਮੀ ਐਂਡ ਨੋ ਬਡੀ ਵਾਜ਼ ਲੈਫਟ ਟੂ ਸਪੀਕ ਫੋਰ ਮੀ, ਕਿ ਇੱਕ ਕਰਕੇ। ਸੋ ਉਹੀ ਹਾਲ ਇੰਡੀਅਨ ਸਟੇਟ ਨੇ ਕਿਵੇਂ ਈਸਾਈਆਂ ਨੂੰ ਟਾਰਗੇਟ ਕੀਤਾ ਹੈ, 200 ਕਰੋੜ ਮੁਸਲਮਾਨਾਂ ਨੂੰ ਕੀਤਾ, ਇੰਦਰਾ ਗਾਂਧੀ ਨੇ ਸਿੱਖਾਂ ਨੂੰ ਕੀਤਾ, ਔਰ ਲਗਾਤਾਰ 40 ਸਾਲਾਂ ਤੋਂ ਇਹ ਸਟੇਟ ਦੀ ਪੋਲਿਸੀ ਮਾਈਨੋਰਟੀਜ਼ ਦੇ ਖਿਲਾਫ਼। ਅੱਜ ਸਾਡੇ ਕਸ਼ਮੀਰੀ ਭੈਣ ਭਰਾ ਸਿੱਧੇ ਤੌਰ ਦੇ ਉੱਤੇ ਭਾਰਤੀ ਜ਼ੁਲਮ, 7 ਲੱਖ ਫੌਜ, 28,000 ਤੋਂ ਜ਼ਿਆਦਾ CRPF ਦੇ ਗੁੰਡੇ, ਯੂਨੀਫੋਰਮਡ ਗੁੰਡੇ ਨੇ ਜਿਹੜੇ ਉਹ ਉੱਥੇ ਤਾਇਨਾਤ ਨੇ, ਔਰ ਜਿਸ ਕਿਸਮ ਦਾ ਮਾਹੌਲ ਸਿਰਜਿਆ ਹੋਇਆ, ਮੈਂ ਸਮਝਦਾ ਵੀ ਇਹ ਸਾਡਾ ਇਖਲਾਕੀ ਫਰਜ਼ ਹੈ, ਜਿੱਥੇ ਅਸੀਂ ਰੱਬ ਦੇ ਸਾਹਮਣੇ ਦੁਆਗੋ ਹੋਈਏ, ਅਰਦਾਸ ਕਰੀਏ ਕਿ ਰੱਬ ਇਸ ਸਾਰੀ ਮੁਸੀਬਤ ਨੂੰ ਜਿਹੜਾ ਉਹ ਟਾਲੇ। ਪਰ ਜ਼ਾਹਰ ਹੈ ਕਿ ਜਦੋਂ ਸਟੇਟ ਜ਼ੁਲਮ ਦੇ ਉੱਤੇ ਹੁੰਦੀ ਹੈ ਉਤਾਰੂ, ਫਿਰ ਲੋਕ ਖਲੋਂਦੇ ਨੇ, ਉਸ ਜ਼ੁਲਮ ਦਾ ਨਾਸ ਕਰਦੇ ਨੇ, ਔਰ ਉੱਥੇ ਵੀ ਔਰ ਇੱਥੇ ਵੀ। ਔਰ ਕੱਲ੍ਹ ਦੇ ਇਕੱਠ ਦੇ ਵੀ ਜਿਹੜੀ ਪ੍ਰੈਸ ਕਾਨਫਰੰਸ ਸੀ, ਮੈਂ ਇਹ ਕਹੀ ਸੀ ਕਿ ਭਾਈ ਸਮੁੱਚੀ ਸਿੱਖ ਕੌਮ ਬਾਹਰ, ਕਿਉਂਕਿ ਕੱਲ੍ਹ ਦੀ ਪ੍ਰੈਸ ਕਾਨਫਰੰਸ ਵੀਰ ਹਿੰਮਤ ਸਿੰਘ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਦੇ ਕੋਆਰਡੀਨੇਟਰ ਵੀ ਸਨ, ਤੁਸੀਂ ਵੀ ਉੱਥੇ ਸੀ, ਔਰ ਅਸੀਂ ਸਾਰਿਆਂ ਨੂੰ ਹੀ ਕਿਹਾ ਕਿ ਭਾਈ ਅੱਜ ਇਹ ਤੁਹਾਡੇ 'ਤੇ ਨਹੀਂ, ਸਾਡੇ 'ਤੇ ਹੀ ਜ਼ੁਲਮ ਹੋ ਰਿਹਾ, ਤੁਸੀਂ ਸਾਨੂੰ ਆਵਾਜ਼ ਮਾਰੋ, ਕਿਤੇ ਤੁਸੀਂ ਪ੍ਰੋਟੈਸਟ ਰੱਖੋ, ਕੋਈ ਹੋਰ ਜਿਹੜੀ ਹੈ ਪਿਕਟਿੰਗ ਕਰਨੀ ਹੈ, ਕੋਈ ਹੋਰ ਜਿਹੜੇ ਨੇ ਪ੍ਰੋਬਲਮ ਜਿਹੜੀ ਹੈ ਤੁਹਾਡਾ ਪ੍ਰੋਗਰਾਮ ਤੁਸੀਂ ਲਿਖਦੇ ਹੋ, ਅਸੀਂ ਹਾਜ਼ਰ ਹੋਵਾਂਗੇ। ਔਰ ਇਹੀ ਮੈਂ ਜਿਹੜੀ ਆਪਣੀ ਆਵਾਜ਼ ਆਪਣੀ ਕੌਮ ਤੱਕ ਵੀ ਪਹੁੰਚਾਉਣਾ ਚਾਹੁੰਦਾ ਕਿ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ ਆਵਾਜ਼ ਬੁਲੰਦ ਕਰੋ, ਰੱਬ ਦੀ ਦਰਗਾਹ 'ਚ ਤਾਂ ਹੈ ਹੀ ਹੈ ਅਰਦਾਸ ਕਰਨ ਦਾ, ਪਰ ਅਲਟੀਮੇਟਲੀ ਬਾਹਰ ਨਿਕਲ ਕੇ ਓਪੀਨੀਅਨ ਮੇਕਰ, ਲਾਅ ਮੇਕਰ, ਡਿਸੀਜਨ ਮੇਕਰ ਉਹਨਾਂ ਨੂੰ ਇਨਫਲੂਐਂਸ ਕਰਨ ਦੇ ਲਈ, ਕਿਉਂਕਿ ਅਦਰਵਾਈਜ਼ ਅਸੀਂ ਇਕੱਲੇ ਇਕੱਲੇ ਮਾਰ ਖਾਂਦੇ ਰਹਾਂਗੇ। ਔਰ ਇਹ ਜਿਹੜਾ ਹਿੰਦੂਤਵਾ ਦਾ ਦੈਂਤ ਇਸ ਵੇਲੇ ਸਾਰੇ ਸਾਊਥ ਏਸ਼ੀਆ ਨੂੰ ਆਪਣੀ ਗ੍ਰਿਪ ਦੇ ਵਿੱਚ ਲੈ ਰਿਹਾ, ਇਸ ਦਾ ਅੰਤ ਕਰਨ ਦੇ ਲਈ ਜ਼ਰੂਰੀ ਹੈ ਕਿ ਅਸੀਂ ਸਿਰ ਜੋੜ ਕੇ ਇਸ ਜ਼ੁਲਮ ਨੂੰ ਚੈਲੰਜ ਕਰੀਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਅਸੀਂ ਆਪਣੇ ਵਿਊਜ਼ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਅਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ 'ਤੇ SOSHTV4.TV 'ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਇਸ ਦੇ ਨਾਲ ਸਾਨੂੰ ਦਿਓ ਇਜਾਜ਼ਤ, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।